ਨਮਸਕਾਰ ਸਤ ਸ੍ਰੀ ਅਕਾਲ ਡੇ ਐਂਡ ਨਾਈਟ న్యూਸ ਦੇ ਜਾਗੂ ਪੰਜਾਬ ਸ਼ੋਅ 'ਚ ਤੁਹਾਡਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਤੇ ਯੂਰਪ ਤੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਆਸ਼ੂ ਮਲਿਕ ਅੱਜ ਜਾਗੂ ਪੰਜਾਬ ਦੇ ਮਹਿਮਾਨ ਨੇ ਤੁਸੀਂ ਪਹਿਲੀ ਨਜ਼ਰੇ ਇਹਨਾਂ ਨੂੰ ਦੇਖ ਕੇ ਸੋਚੋਗੇ ਕਿ ਇਸ ਬੰਦੇ ਦੀ ਖਾਸੀਅਤ ਕੀ ਹੈ ਇਹਨਾਂ ਦੀ ਖਾਸੀਅਤ ਇਹ ਕਿ ਇਹ ਗੋਤਾਖੋਰ ਨੇ ਅਤੇ ਹੁਣ ਤੱਕ ਨਹਿਰਾਂ ਅਤੇ ਦਰਿਆਵਾਂ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਲਾਸ਼ਾਂ ਨੂੰ ਕੱਢ ਚੁੱਕੇ ਨੇ ਅਤੇ ਜਿਉਂਦੇ ਬੰਦਿਆਂ ਨੂੰ ਵੀ ਬਚਾ ਚੁੱਕੇ ਨੇ ਲਾਸ਼ਾਂ ਨੂੰ ਕੱਢਣ ਦਾ ਕੰਮ ਇੱਕ ਅਨੋਖਾ ਤੇ ਔਖਾ ਕੰਮ ਜਿਸ ਨੂੰ ਹਰ ਆਮ ਖਾਸ ਬੰਦਾ ਛੇਤੀ ਕਿਤੇ ਹੱਥ ਨਹੀਂ ਪਾਉਂਦਾ ਪਰ ਇਹ ਬੇਖੌਫ ਹੋ ਕੇ ਨਿਰਵਿਗੰਤਾ ਦੇ ਨਾਲ ਆਪਣਾ ਕੰਮ ਕਰੀ ਜਾ ਰਹੇ ਨੇ ਇਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਆਪਣੀ ਇਹਨਾਂ ਦੀ ਜ਼ਿੰਦਗੀ ਆ ਆਪਾਂ ਇਹਨਾਂ ਦੀ ਜ਼ਿੰਦਗੀ ਬਾਰੇ ਇਹਨਾਂ ਦੇ ਕਾਰਜ ਬਾਰੇ ਗੱਲ ਕਰਾਂਗੇ ਅੱਜ ਤੇ ਦੇਖਾਂਗੇ ਕਿ ਇਹ ਆਪਣੇ ਕਾਰਜ ਨੂੰ ਕਿਵੇਂ ਨਿਭਾਉਂਦੇ ਨੇ ਆਸ਼ੂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਟੂਡੀਓ 'ਚ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਇਹ ਕੰਮ ਜਿਹੜਾ ਹੈਗਾ ਤੁਸੀਂ ਕਦੋਂ ਤੋਂ ਕਰਦੇ ਹੋ ਪਿਛਲੇ ਆਪਾਂ 22 ਸਾਲਾਂ ਤੋਂ ਕੰਮ ਕਰ ਰਹੇ ਹਾਂ ਹਮ ਹਮ कामਸੀਂ ਪਾਣੀਪਤ ਹਰਿਆਣੇ ਤੋਂ ਸਟਾਰਟ ਕੀਤਾ ਸੀ ਅੱਛਾ ਜੀ ਛੋਟੇ ਛੋਟੇ ਹੁੰਦੇ ਸੀ ਹਾਂਜੀ ਤੇ ਜੋ ਸਾਡਾ ਪਿਓ ਸੀ ਉਹ ਆਪਣਾ ਪੱਲੇਦਾਰੀ ਦਾ ਕੰਮ ਕਰਦਾ ਸੀ ਅੱਛਾ ਜੀ ਤੇ ਉਹ ਸਾਨੂੰ ਲੈ ਕੇ ਜਾਂਦਾ ਸੀ ਨਹਿਰ ਸਾਡੀ ਜੋ ਮਦਰ ਸੀ ਉਹ 6 ਮਹੀਨੇ ਦੀ ਉਮਰ ਸੀ ਮੇਰੀ ਤਾਂ ਮਦਰ ਐਕਸਪਾਇਰ ਹੋ ਗਈ ਸੀ ਹੂੰ ਹੂੰ ਤੋਂ ਸਾਨੂੰ ਨਹਿਰ ਦੇ ਕੋਲ ਜਿਹੜਾ ਖੇਤਾਂ 'ਚ ਸਾਡਾ ਪਿਓ ਕੰਮ ਕਰਦਾ ਸੀ ਉਹ ਲੈ ਕੇ ਜਾਂਦਾ ਸੀ ਉੱਥੇ ਤੇ ਆਪਾਂ ਦੇਖਦੇ ਛੋਟੇ ਛੋਟੇ ਨਹਿਰ ਤੋ ਜਦੋਂ ਅਸੀਂ 4-5 ਸਾਲ ਦੇ ਹੋ ਗਏ ਸਾਨੂੰ ਥੋੜੀ-ਬਹੁਤ ਸਮੱਸਿਆ ਆ ਗਈ ਜੀ ਫਿਰ 10-11 ਸਾਲ ਦੇ ਫਿਰ 12 ਸਾਲ ਦੇ 12 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਮੈਂ ਇੱਕ ਜਨਾਨੀ ਨੂੰ ਬਚਾਇਆ ਸੀ ਉਤੋਂ ਅੱਛਾ ਜਦ ਮੈਂ ਜਨਾਨੀ ਨੂੰ ਬਚਾਇਆ ਕਿਸੇ ਨੇ ਉਹਨੂੰ ਹੱਥ ਨਹੀਂ ਪਾਇਆ ਮੈਂ ਵੇਖ ਰਿਹਾ ਸਾਰੇ ਬੰਦੇ ਤਮਾਸ਼ੀਨ ਬਣ ਕੇ ਦੇਖ ਰਹੇ ਨੇ ਉਹਨੂੰ ਹੂੰ ਤੇ ਮੈਂ ਮੇਰਾ ਜੇ ਮਨ ਕਰਿਆ ਕਿ ਮੈਨੂੰ ਬਚਾਵਾਂ ਕਿਉਂਕਿ ਥੋੜਾ-ਥੋੜਾ ਮੈਨੂੰ ਤੈਰਨਾ ਆਂਦਾ ਸੀ ਹੂੰ ਹੂੰ ਤੇ ਜਦ ਮੈਂ ਉਹਨੂੰ ਕੜਿਆ ਕੜ ਕੇ ਤੇ ਮੈਂ ਉਹਨੂੰ ਬਾਹਰ ਕੱਢ ਦਿੱਤਾ ਤੇ ਪਤਾ ਨਹੀਂ ਕਿਵੇਂ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਕਿ ਵੀ ਇੱਥੇ ਨੇ ਇੱਕ ਜਨ ਤੇ ਦੋ ਜਾਂ ਡੇਢ ਘੰਟੇ ਬਾਅਦ ਕੋਈ ਪੱਤਰਕਾਰ ਆ ਗਏ ਫੋਟੋ ਫੋਟੋ ਖਿੱਚ ਕੇ ਲੈ ਗਏ ਤੇ ਅਗਲੇ ਦਿਨ ਵੇਖਦਾ ਤੇ ਮੇਰੀ ਫੋਟੋ ਅਖਬਾਰ ਵਿੱਚ ਲੱਗੇ ਉਹਦੇ ਵਿੱਚ ਲਿਖਿਆ ਕਿ ਗੋਤਾਖੋਰ ਨੇ ਕਿਸੇ ਦੀ ਜਾਨ ਬਚਾਈ ਹੈ ਹੂੰ ਹੂੰ ਤੇ ਜਦ ਮੈਂ ਵੇਖਿਆ ਤੇ ਫੋਟੋ ਮੇਰੀ ਹੈ ਤੇ ਮੈਨੂੰ ਪਤਾ ਨਹੀਂ ਸੀ ਗੋਤਾਖੋਰ ਹੁੰਦਾ ਕੀ ਹੈ ਹੂੰ ਤੇ ਮੇਰੇ ਜੋ ਮੋਲੇ ਵਾਲੇ ਅੜੋਸ-ਪੜੋਸ ਵਾਲੇ ਕਹ ਰਹੇ ਸੀ ਤੂੰ ਤੇ ਕਿਸੇ ਦੀ ਜਾਨ ਬਚਾਈ ਹੈ ਫਿਰ ਉੱਥੇ ਤੇ ਜੋ ਐਸਐਚਓ ਥੀ ਨਰੇਸ਼ ਅਲਾਵਤ ਥਾੜਾ ਮਾਡਲ ਡਾਊਨ ਪੜਦਾ ਪਾਣੀ ਚ ਉੱਥੇ ਨਾ ਪਾਣੀ ਪੱਤੇ ਚ ਹੂੰ ਤੇ ਉਹਨੇ ਮੈਨੂੰ ਬੁਲਾ ਕੇ ਨਾ 50 ਰੁਪਏ ਦਿੱਤੇ ਨਾਮ ਦੇ ਹੂੰ ਹੂੰ ਤੇ ਤਾਂ ਮੈਂ ਫਿਰ ठान ਲਈ ਮੈਂ ਕਿਹਾ ਚਲੋ ਕੋਈ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਲੇਕਿਨ ਮੈਂ ਮਿਹਨਤ ਕਰਾਂਗਾ ਨਹਿਰ ਤੇ ਹੂੰ ਹੂੰ ਫਿਰ ਮੈਂ ਜਦ ਤੋਂ ਮਿਹਨਤ ਕਰ ਰਿਹਾ ਹਾਂ ਅੱਜ ਤੱਕ ਮੈਂ ਕਾਫੀ ਵੱਡੇ ਵੱਡੇ ਕੇਸ ਕਰਤੇ ਨੇ ਤੁਸੀਂ 2006 ਚ ਵੇਖਿਆ ਹੋਗਾ ਫਲੋਡਿੰਗ ਤੇ ਅਸਲਾ ਮਿਲਿਆ ਸੀ ਹੂੰ ਹੂੰ ਲਾਈਵ ਡੈਲੀਗਰ ਚੱਲਿਆ ਸੀ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਿਸ਼ਵ ਵਿੱਚ ਲਾਈਵ ਡੈਲੀਗਰ ਚੱਲਿਆ ਸੀ ਹੂੰ ਹੂੰ ਸਾਰਾ ਅਸਲਾ ਸੀ ਕੱਢਿਆ ਸੀ ਅਸੀਂ ਖੋਜਵਿੰਨ ਕੀਤੀ ਸੀ ਉਹਦੀ अच्छा ए हुण तक तुसी किन्ने एक किणिया कलाशा कड् चुके हो तुसी हजारा दी तदा मतलब हजारा दी तादा दी च लास कड् चुकेया आपा हम्म हु. कोई गिनती पहले को पहले हु. के नहीं पहले ਸਾਡੇ ਕੋਲ ਇੱਕ ਰਿਕਾਰਡ ਹੁੰਦਾ ਸੀ ਪਹਿਲੇ ਰੱਖਦੇ ਸੀ ਹੁਣ ਵੀ ਫਿਰ ਦੁਬਾਰਾ ਕੀਤਾ ਕਿਉਂਕਿ ਕਈ ਵਾਰ ਨਾ ਕਈ ਬੰਦੇ ਐਸੇ ਫਸ ਜਾਂਦੇ ਨੇ ਕਹਿੰਦੇ ਕਿ ਸਾਡਾ ਬੰਦਾ ਨਹੀਂ ਮਿਲਿਆ ਸਮਾਨ ਸਾਡਾ ਛੇਨ ਛਣ ਕੇ ਸਾਡ ਦੇਂਦੇ ਨਹਿਰ ਚ ਕਦੇ ਲੈਪਟਾਪ ਸਾਡ ਦਿੱਤਾ ਕਦੇ ਸਾਡੀ ਫਾਈਲ ਸਾਡ ਦਿੱਤੀ ਛਣ ਕੇ ਤੁਸੀਂ ਤਾਂ ਉਹ ਕਰ ਰਹੇ ਹੋ ਮੈਂ ਉਹਨੂੰ ਸਮਝਾਉਣ ਲੇਕਿਨ ਜਦ ਪਬਲਿਕ بگੜ ਜਾਂਦੀ ਤੁਸੀਂ ਤਾਂ ਸਮਝ ਦਿਓ ਫਿਰ ਉਹ ਕਿਸੇ ਦੇ ਕਬੂ ਨਹੀਂ ਆਂਦੀ ਅੱਛਾ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਮਿਲਦੀਆਂ ਨੇ ਕਿਸ ਵਰਗ ਦੇ ਲੋਕ ਹੁੰਦੇ ਨੇ ਉਹ ਸਮਾਜ ਦੇ ਵਿੱਚ ਕਿਸ ਟਾਈਪ ਦੇ ਅਮੀਰ ਹੁੰਦੇ ਨੇ ਗਰੀਬ ਹੁੰਦੇ ਨੇ ਜਾਂ ਜ਼ਿਆਦਾ ਉਹ ਅਚਾਨਕ ਨਹਿਰ ਦੇ ਵਿੱਚ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਜਾਂ ਉਹ ਖੁਦਕੁਸ਼ੀ ਕੀਤੀ ਹੁੰਦੀ ਹੈ ਉਹਨਾਂ ਦੇ ਦੇਖੋ ਜੀ 70 ਜਿਹੜੀ 70% ਹੈ ਉਹ ਸੋਸਾਇਟੀ ਹੁੰਦੀ ਹੈ ਹਮ ਔਰ 20% ਹਾਦਸੇ ਦੇ ਸ਼ਿਕਾਰ ਹੁੰਦੇ ਨੇ ਹਮ 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 ਔਰ ਜਿਹੜੇ 10% ਨੇ ਉਹ ਉਹ ਹੈ ਕਿਸੇ ਨੇ ਮਾਰ ਕੇ ਛੱਡ ਦਿੱਤਾ ਕੋਈ ਗਲਤ ਕੰਮ ਕਰ ਦਿੱਤਾ ਕਿਸੇ ਨੇ ਚੀਨ ਸਪੋਰਟ ਕਰ ਲਈ ਤੀਨ ਹਰਤੇ ਕਿਨਾਰੇ ਕੰਡੇ ਬੈਠੇ ਰਹਿੰਦੇ ਨੇ ਬੰਦੇ ਚੀਨ ਰਿਪੋਰਟ ਕਰ ਲਈ ਜਾਂ ਕਿੱਥੇ ਹੋਰ ਮਾਰ ਕੇ ਲਿਆਏ ਨਹਿਰ ਚ ਲਾ ਕੇ ਛੱਡ ਦਿਆ 10% ਉਹ ਕਿਸ ਨੇ ਔਰ 70% ਸੁਸਾਇਡ ਦੇ ਨੇ ਅਲਓਵਰ ਜੇ ਆਪਾਂ ਦੇਖੀਏ ਤਾਂ ਕਿੰਨਾ ਕਿੰਨੇ ਕ ਦਰ ਹੈਗੀ ਹੈ ਫੀਸ ਦੀ ਹੈਗੀ ਹੈ ਕਿ ਨਹਿਰ ਦੇ ਵਿੱਚ ਲਾਸ਼ਾਂ ਕੱਢਦੇ ਹੋ ਤੁਸੀਂ ਅ ਦੇਖੋ ਜੀ ਸਾਡੇ ਕੋਲ ਜਿਹੜੀ ਕੋਲਾ ਆਉਂਦੀਆਂ ਨੇ ਕੋਲਾ ਦੇ ਹਿਸਾਬ ਦੇ ਨਾਲ ਤੇ ਘਟ ਤੋਂ ਘਟ 12 ਬੰਦੇ ਦੀ ਐਵਰੇਜ ਡੇਲੀ ਦੀ ਹੈਗੀ ਹੈ ਕਮ ਤੋਂ ਕਮ ਮਤਲਬ 12 ਬੰਦੇ ਡੇਲੀ ਦੀ ਐਵਰੇਜ ਹੈਗੀ ਹੈ ਔਰ ਜਿੰਨਾ ਵਿੱਚੋਂ 7 ਤੇ 7 ਜਾਂ 6 ਜਾਂ 5 ਦੇ ਦੇ ਪਰਿਵਾਰ ਮਿਲ ਜਾਂਦੇ ਨੇ ਬਾਕੀ ਲਵਾਰੀ ਚ ਗਿਣਤੀ ਆ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਨਹਿਰਾਇਚਾ ਨਾ ਜਾ ਕੇ ਤੇ ਜਗਾ ਜਗਾ ਥਾਵਾਂ ਤੇ ਡੈੱਡ ਬੋੜੀਆਂ ਪਈਆਂ ਨੇ ਜਿਨ੍ਹਾਂ ਨੂੰ ਕੁੱਤੇ ਖਾ ਰਹੇ ਨੇ ਉਹਦਾ ਸਾਡੇ ਸਾਡੇ ਕੋਲ ਪੂਰਾ ਰਿਕਾਰਡ ਹੈ ਵੀਡੀਓ ਹੈ ਸਬੂਤ ਹੈ ਸਾਡੇ ਕੋਲ ਕਿ ਉਹਨਾਂ ਡੈੱਡ ਬੋੜੀਆਂ ਨੂੰ ਕੁੱਤੇ ਖਾ ਰਹੇ ਨੇ ਅੱਗੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆਇਆ ਕਿਉਂਕਿ ਮੈਂ ਅਕਸਰ ਵੇਖਿਆ ਜਿੰਦਾ ਮੁੰਡਾ ਨਿਕਦਾ ਜਿੰਦੀ ਕੁੜੀ ਲੱਗਦੀ ਹੈ ਕਿ ਪਰਿਵਾਰ ਦਾ ਬੰਦਾ ਲੱਗਦਾ ਉਹ ਕਿਆ ਬੰਦੇ ਪਤਾ ਕੀ ਕਰਦੇ ਨੇ ਆਪਣੇ ਹੀ ਬੰਦੇ ਨੂੰ ਲੱਭਦੇ ਨੇ ਉਹਨਾਂ ਦੇ ਸਾਹਮਣੇ ਹਜ਼ਾਰੋਂ ਡੈਡ ਬੁੜੀਆਂ ਨਿਕਲ ਜਾਂਦੇ ਦੋ ਨਿਕਲ ਜਾਂਦੇ ਚਾਰ ਨਿਕਲਦੇ ਜਿੰਨੀ ਵੀ ਡੈਡ ਬੁੜੀਆਂ ਲੱਗਦੇ ਉਹਨਾਂ ਨੇ ਉਹਨੂੰ ਗੌਰ ਨਹੀਂ ਕਰਨਾ ਕੜਨੀਆਂ ਵੀ ਇਹਨਾਂ ਕੱਢ ਕੇ ਆਪਣੀ ਚੈੱਕ ਕਰਦੇ ਨੇ ਕਿ ਸਾਡੀ ਹੈ ਨਹੀਂ ਹੈ ਚੈੱਕ ਕਰਕੇ ਫਿਰ ਵਾਪਸ ਉਲ ਪੁੱਠੀ ਛੱਡ ਦੇਣੀ ਉਹਨਾਂ ਨੇ ਕਿਉਂਕਿ ਇਸ ਕੰਮ ਨੂੰ ਅਗਰ ਤੁਸੀਂ ਸਹੀ ਡੰਗ ਨਾਲ ਲੈਣਾ ਹੈ ਤਾਂ ਪਹਿਲੇ ਆਪਣੇ ਆਪ ਨੂੰ ਜਾਗਰੂਕ ਕਰਨਾ ਪਊਗਾ ਕਿ ਬਈ ਤੁਸੀਂ ਆਪਣੇ ਬੰਦੇ ਨੂੰ ਦੇਖ ਰਹੇ ਹੋ ਤੁਹਾਡਾ ਬੰਦਾ ਹੈ ਤੁਹਾਡਾ ਲਾਲ ਹੈ ਲੇਕਿਨ ਤੁਸੀਂ ਇਹ ਵੀ ਦੇਖੋ ਉਹ ਵੀ ਕਿਸੇ ਦਾ ਲਾਲ ਹੈ ਜਿਹਨੂੰ ਤੁਸੀਂ ਦੇਖ ਕੇ ਨજર ਅੰਦਾਜ਼ ਕਰ ਦਿੱਤਾ ਤੁਹਾਡਾ ਫਰਜ ਬੰਦਾ ਹੈ ਕਿ ਪੁਲਿਸ ਨੂੰ ਜਾ ਕੇ ਦੱਸੋ ਕਿਸੇ ਨੂੰ ਜਾ ਕੇ ਦੱਸੋ ਕਿ ਬਈ ਇਹ ਡੈੱਡ ਬੋਡੀ ਜਾ ਰਹੀ ਹੈ ਪਰ ਇੱਕ ਗੱਲ ਹੋਰ ਹੈ ਤੁਸੀਂ 22 ਸਾਲ ਹੋ ਗਏ ਤੁਹਾਨੂੰ ਇਸ ਕੰਮ ਦੇ ਵਿੱਚ 22 ਸਾਲ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ 22 ਸਾਲਾਂ ਦੇ ਵਿੱਚ ਤੁਹਾਨੂੰ ਇੰਨਾ ਤੇ ਜ਼ਰਬਾ ਹੋ ਗਿਆ ਹੋਵੇਗਾ ਕਿ ਕਿਹੜੀ ਥਾਂ ਤੇ ਸੋਸਾਇਟੀ ਜ਼ਿਆਦਾ ਹੁੰਦੇ ਆ ਹਾਂਜੀ ਬਿਲਕੁਲ ਤਜਰਬਾ ਜਿਵੇਂ ਜਿ세 ਤੁਹਾਡਾ ਫਲੋਡਿੰਗ ਹੋ ਗਿਆ ਜੀ 메인 ਫਲੋਡਿੰਗ ਹੈ ਸੋਸਾਇਟੀ ਪੁਆਇੰਟ ਸਨੰਦ ਦਾ ਰਾਜਪੁਰਾ ਵਾਲੀ ਗੰਡੇ ਖੇੜੀ ਵਾਲੀ ਨਹਿਰ ਹੋ ਗਈ ਰਾਜਪੁਰਾ ਦਾ ਗੰਡਾ ਖੇੜੀ ਪਿੰਡ ਪੈਂਦਾ ਹੂੰ ਹੂੰ ਆਪਣਾ ਪਟਿਆਲੇ ਦਾ ਨਾਬਾ ਰੋਡ ਹੋ ਗਿਆ ਸੰਗਰੂਰ ਰੋਡ ਹੋ ਗਿਆ ਆ ਮੇਨ ਪੋਲ ਨੇ ਬਿਲਕੁਲ ਸੋਸਾਇਟੀ ਦੇ ਬਿਲਕੁਲ ਬਣ ਗਏ ਬਸੀ ਪਠਾਣਾ ਹੋ ਗਿਆ ਆਪਣਾ ਖੇੜੀ ਨੋ ਸਿੰਘ ਵਾਲਾ ਜਿਹੜਾ ਪੂਰਾ ਏਰੀਆ ਸਾਰਾ ਸੋਸਾਇਟੀ ਪੁਆਇੰਟ ਨੇ ਆਪਣਾ ਬਸੀ ਵਾਲੀ ਜਾਲ ਹੋ ਗਈ ਫਿਰੋਜ਼ਪੁਰ ਦੀ ਜਾਲ ਹੋ ਗਈ ਮਰੀਂਡੇ ਵਾਲਾ ਪੁਲ ਹੋ ਗਿਆ ਰੰ ਹਮਮ ਨੰਗਲ ਵਾਲੇ ਪੁਲ ਅਗੇ ਤਿੰਨ ਚਾਰ ਇਹ ਸਾਰੇ ਸੁਸਾਈਡ ਪੁਆਇੰਟ ਬਣੇ ਹੋ ਨੇ ਤੇ ਇੱਥੇ ਜਦੋਂ ਪਤਾ ਹੈ ਕਿ ਇੱਥੇ ਸੁਸਾਈਡ ਹੁੰਦੇ ਨੇ ਖੁਦਕੁਸ਼ੀਆਂ ਹੁੰਦੀਆਂ ਨੇ ਤਾਂ ਫਿਰ ਸਰਕਾਰ ਨੂੰ ਨਹੀਂ ਚਾਹੀਦਾ ਕਿ ਇੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਚਾਹੀਦਾ ਬਿਲਕੁਲ ਇਹ ਸਰਕਾਰ ਨੂੰ ਚਾਹੀਦਾ ਕਿ ਜਿੱਥੇ-ਜਿੱਥੇ ਆਪਣੇ ਸੁਸਾਈਡ ਪੁਆਇੰਟ ਬਣ ਗਏ ਨੇ ਉੱਥੇ-ਉੱਥੇ ਸੀਸੀਟੀਵੀ ਕੈਮਰੇ ਹੋਣ ਸੀਸੀਟੀਵੀ ਗੱਲ ਕੀਤੀ ਹੈ ਇਦਾਂ ਦੀ ਕਿਸੇ ਬਿਲਕੁਲ ਮੈਂ ਕਈ ਅਧਿਕਾਰੀਆਂ ਨੂੰ ਕਹਿ ਚੁੱਕਾ ਆਪਣੇ ਐਸਐਸਪੀ ਹਰਦੀਪਾਲ ਸਿੰਘ ਮਾਨ ਨੇ ਪਟਿਆਲੇ ਦੇ ਉਹਨਾਂ ਨੂੰ ਵੀ ਇਸ ਬਾਰੇ ਵਿੱਚ ਕਈ ਵਾਰ ਗੱਲ ਕਰ ਦਿੱਤੀ ਕਿ ਜੇ ਤੁਸੀਂ ਸਰਕਾਰੀ ਗੋਤਾਖੋਰ ਲਾਓ ਆਪਣੇ ਆਪਣੇ ਪਾਸੋਂ ਉਹਨਾਂ ਨੇ ਥੋੜੀ ਬਹੁਤ ਹਰਦੇਵਾਲ ਸਿੰਘ ਮਾਨ ਜੀ ਨੇ ਕੋਸ਼ਿਸ਼ ਕੀਤੀ ਹੈ ਹੂੰ 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 ਔਰ ਹੁਣ ਕੋਸ਼ਿਸ਼ ਕਿੱਥੇ ਤੱਕ ਪਹੁੰਚੀ ਉਹਨਾਂ ਦੀ ਇਹ ਸਾਨੂੰ ਨਹੀਂ ਅੱਲੇ ਤੱਕ ਪਤਾ ਲੱਗਿਆ अच्छा ਤੁਸੀਂ ਇਹ ਇਨਾ ਟਾਈਮ ਹੋ ਗਿਆ ਤੁਹਾਨੂੰ ਇਹ ਲਾਸ਼ਾਂ ਕੱਢਣ ਦੇ ਬਦਲੇ ਮਿਲਦਾ ਕੀ ਹੈ ਤੁਹਾਨੂੰ ਜਿਹੜੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦਾ ਸੰਬੰਧ ਇਹ ਕੋਈ ਲਾਸ਼ ਹੁੰਦੀ ਹੈ ਉਹਨਾਂ ਨੂੰ ਤੁਸੀਂ ਕੱਢ ਕੇ ਦਿੰਦੇ ਹੋ ਉਹ ਤੁਹਾਨੂੰ ਕੋਈ ਇਨਾਮ ਸਨਮਾਨ ਦਿੰਦੇ ਹੋ ਜਾਂ ਸਰਕਾਰ ਕੁਝ ਕਰਦੀ ਹੈ ਬਸ ਸਰਕਾਰ ਤੇ ਗੋਚ ਨਹੀਂ ਕਰਦੀ ਸਰਕਾਰ ਨੇ ਸਾਡੇ ਕੋਲ ਹੁਣੇ ਹਾਲੇ ਚ 7-8 ਕੇਸ ਕਰਾਏ ਨੇ ਗਵਰਨਮੈਂਟ ਨੇ ਪੁਲਿਸ ਨੇ ਬਸ ਇਹ ਬਿਠਾਣ ਦਾ ਇਹ ਸੁਆਵੀ ਵਾਲਾ ਕੇਸ ਦੇਖਿਆ ਇੱਕ ਪਰਿਵਾਰ ਦੇ 6 ਜੀਵ ਮਾਰ ਕੇ ਸਾਡੇ ਦਿੱਤੇ ਨੇ ਇੱਕ ਪਰਿਵਾਰ ਦੇ ਉਸ ਕੇਸ ਸਾਡੇ 72000 ਰੁਪਏ ਖਰਚਾ ਆ ਜਿਹਦੇ ਵਿੱਚ ਅਸੀਂ 96 ਡੈਡ ਬੋਡੀਆਂ ਕੱਢ ਕੇ ਦਿੱਤੀਆਂ ਨੇ ਅਜ ਤੱਕ ਅਸੀਂ ਪੁਲਿਸ ਦੇ ਧੱਕੇ ਖਾ ਰਹੇ ਆ ਸਾਡੇ ਪੈਸੇ ਦੇ ਦਿਓ ਸਾਡੇ ਪੈਸੇ ਦੇ ਦਿਓ ਅੱਜ ਮਿਲਣਗੇ ਕੱਲ ਮਿਲਣਗੇ ਰੋਜ਼ ਬੁਲਾ ਲੈਨੇ ਉਹਨੂੰ ਪੈਸੇ ਨੂੰ ਲੈਣ ਵਾਸਤੇ ਅਸੀਂ ਪਟਿਆਲੇ ਤੋਂ ਬਸੀ ਪਠਾਨਾ ਘਟ ਤੋਂ 150 ਵਰਜਾਂ ਲਈ ਉਸ 150 ਵਰਡ ਦਾ ਗੇੜਾ ਦਾ 30-40 ਹਜ਼ਾਰ ਤੇ ਇਹ ਬਣ ਗਿਆ ਸਾਡਾ ਲੇਕਿਨ ਉਹਨੇ ਸਾਡਾ ਅਜੇ ਤੱਕ ਕੁਝ ਨਹੀਂ ਦਿਆ ਹੁਣੀ ਤੁਸੀਂ ਵੇਖਿਆ ਸੀ ਇੱਕ ਮੰਡੀ ਗੋਬਿੰਦਗੜ ਦਾ ਕੇਸ ਹੋਇਆ ਸੀ ਆਪਣਾ ਗੱਡੀ ਨਹਿਰ ਤੇ ਖੜੋ ਖੜ ਕੇ ਯਾਰ ਆਪਣਾ ਡਰਾਮਾ ਕਰਕੇ ਸੁਸਾਇਡ ਦਾ ਉਹ ਕਰ ਗਿਆ 25000 ਸਾਡਾ ਖਰਚਾ ਹੈ ਉਹ ਦੋਨੋਂ ਭਰਾ ਜੇਲ੍ਹ ਵਿੱਚ ਪੜੇ ਇੱਕ ਧਮੇੜੀ ਵਾਲੀ ਕੁੜੀ ਲੱਭ ਕੇ ਦਿੱਤੀ ਇੱਕ ਮਹੀਨਾ 6 ਦਿਨ ਇਸ ਅਸੀਂ ਉਸ ਕੁੜੀ ਨੂੰ ਧਮੇੜੀ ਵਾਲੀ ਨੂੰ ਲੱਭਿਆ ਆਪਣਾ ਵਿਵਹਾਨੀ ਤੋਂ ਲੱਭੀ ਕੁੜੀ ਹੂੰ ਹੂੰ ਉਹ ਸਾਰੇ ਮੁੱਲ ਜੀ ਮੰਦਰ ਕਰ ਦਿੱਤੇ ਕਿ ਹਾਂ ਉਹ ਉਹਨੇ ਪੁਰਾਣੇ ਮਾਰੀ ਸੀ ਲੇਕਿਨ ਅਜ ਤੱਕ ਸਾਡਾ ਉਹ ਵੀ ਪੈਸਾ ਨਹੀਂ ਮਿਲਿਆ ਪਤਾ ਨਹੀਂ ਕਿੰਨੇ ਪਰਿਵਾਰ ਦੇ ਜੇ ਸਰਕਾਰ ਨੇ ਸਾਡੇ ਕੋਲ ਕੰਮ ਕਰਾਏ ਨੇ ਕੋਈ ਪੈਸਾ ਨਹੀਂ ਮਿਲਿਆ ਅੱਜ ਤੱਕ ਇੱਕ ਵੀ ਪਰਿਵਾਰ ਨੇ ਆਪਣਾ ਜਿਹੜਾ ਜੋ ਸਰਕਾਰ ਨੇ ਪੈਸਾ ਕੰਮ ਕਰਾਇਆ ਇੱਕ ਵੀ ਪੈਸਾ ਨਹੀਂ ਆਜ ਤੱਕ ਤਾਂ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੀ ਗੋਤਾ ਖੋਰਾਂ ਦੀ ਜਿਹੜੀ ਪੱਕੇ ਜਿਹੜੇ ਸੁਸਾਈਡ ਪੁਆਇੰਟ ਨੇ ਉੱਥੇ ਡਿਊਟੀ ਲਈ ਜਾਵੇ ਪੱਕੇ ਭਰਤੀ ਕਰਨੇ ਚਾਹੀਦੇ ਹਨ ਬਿਲਕੁਲ ਜੀ ਪੱਕੇ ਵਰਤੀ ਹੋਣ ਤੇ ਜ਼ਿਆਦਾ ਨਹੀਂ ਜ਼ਿਆਦਾ-ਜ਼ਿਆਦਾ ਨਾ ਪੂਰੇ ਪੰਜਾਬ ਨੂੰ 12 ਗੋਤਾ ਹੋਰ ਕਵਰ ਕਰ ਲੈਣਗੇ ਪੂਰੇ ਪੰਜਾਬ ਨੂੰ 12 ਗੋਤਾ ਹੋਰ ਮੈਨੂੰ ਤੁਸੀਂ ਲਾਓ 12 ਗੋਤਾ ਹੋਰ ਮੈਨੂੰ ਦਿਓ 12 ਗੋਤਾ ਖੋਰਾਂ ਚ ਮੈਂ ਪੂਰਾ ਪੰਜਾਬ ਕਵਰ ਕਰਵਾ ਦੂੰਗਾ ਇੱਕ ਵੀ ਸੁਸਾਈਡ ਹੋ ਜੇ ਪੰਜਾਬ ਵਿੱਚ ਹੂੰ 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 ਸੀਸੀਟੀਵੀ ਕੈਮਰੇ ਲੱਗਣ ਤੇ ਪਤਾ ਲੱਗੇ ਕਿ ਕਿਸੇ ਨੇ ਸੱਟਿਆ ਹੈ ਮਾਰਿਆ ਹੈ ਕੀ ਹੋਇਆ ਕਤਲ ਹੋਇਆ ਜਾਂ ਇਹ ਨਾ ਸੋਚ ਕਿ ਅੱਜ ਤੁਸੀਂ ਵੇਖਦੇ ਹੋ ਸਾਡਾ ਬੰਦਾ ਗਾਰਿਚ ਗੇਵ ਹੋ ਗਿਆ ਪੁੱਛਦੇ ਪਰਿਵਾਰਾਂ ਤੋਂ ਕਿ ਕਿਵੇਂ ਗਏ ਡਿੱਗਿਆ ਤੁਹਾਡਾ ਬੰਦਾ ਤੁਸੀਂ ਨਹਿਰੇ ਚ ਲੱਭ ਰਹੇ ਹੋ ਪਤਾ ਨਹੀਂ ਜੀ ਘਰ ਤੋਂ ਗਿਆ ਸੀ ਬਿਲਕੁਲ ਖਸ ਖਸ ਡਿਊਟੀ ਤੇ ਗਿਆ ਥੀ ਬੰਦਾ ਸਾਡਾ ਗੇਵ ਹੋ ਗਿਆ ਉਹ ਕਾਰਨ ਤੇ ਤਾਂ ਹੀ ਪਤਾ ਲੱਗਿਆ ਨਾ ਕੋਈ ਸਾਹਮਣੇ ਆਊਗਾ ਹੂੰ 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 ਤੇ ਅੱਜ ਤੁਸੀਂ ਦੇਖ ਰਹੇ ਕੋਈ ਕਾਰਨ ਨਹੀਂ ਪਤਾ ਲੱਗਦਾ ਤੇ ਪਤਾ ਲੱਗਦਾ ਡੈਡ ਬੋਡੀ ਕਿੱਥੇ ਆ ਰਹੀ ਹੈ ਹਰਿਆਣੇ ਤੋਂ ਮਿਲ ਰਹੀ ਹੈ ਕਿੱਥੇ ਦਿੱਲੀ ਤੋਂ ਮਿਲ ਰਹੀ ਹੈ ਕਿੱਥੇ ਰਾਜਸਥਾਨ ਤੋਂ ਮਿਲ ਰਹੀ ਹੈ ਅੱਛਾ ਇਹ ਵੀ ਸੁਣਨ ਚ ਮਿਲਿਆ ਆਸ਼ੂ ਕਿ ਸੁਣਨ ਚ ਨਹੀਂ ਮਿਲਿਆ ਇਹਦੇ ਸਾਡੇ ਕੋਲ ਸੰਕੇਤ ਵੀ ਨੇ ਕਾਫੀ ਖਬਰਾਂ ਮੀਡੀਆ ਦੇ ਵਿੱਚ ਵੀ ਛਪੀਆਂ ਨੇ ਜੀ ਕਿ ਜਿਹੜਾ ਬਾਰਡਰ ਦੇ ਉੱਤੇ ਜਿਹੜੀ ਝਾਲ ਹੈਗੀ ਆ ਉੱਥੇ ਜਿਹੜੇ ਸਾਡੇ ਪੰਜਾਬ ਵਾਲੇ ਉੱਥੇ ਨਹਿਰੀ ਵਿਭਾਗ ਦੇ ਵਾਲੇ ਨੇ ਉਹ ਡੈਡ ਬੋਡੀ ਨੂੰ ਅੱਗੇ ਕੱਢ ਦਿੰਦੇ ਨੇ ਹਰਿਆਣੇ ਬਿਲਕੁਲ ਜੀ ਬਿਲਕੁਲ ਇੱਥੇ ਤੋਂ ਰੈੱਡ ਬੋਡੀ ਜਦ ਪੰਜਾਬ ਤੋਂ ਜਾਂਦੀ ਹੈ ਤੋਂ ਪੰਜਾਬ ਵਾਲੇ ਅੱਗੇ ਅੱਗੇ ਕਰ ਦਿੰਦੇ ਨੇ ਉਹਨੂੰ ਛੋਟੇ ਮਾਰ ਮਾਰ ਕੇ ਮਾਰ ਮਾਰ ਕੇ ਗਾਟਰ ਚੱਕ ਚੱਕ ਕੇ ਅੱਗੇ ਕਰ ਦਿੰਦੇ ਨੇ ਫਿਰ ਉਸ ਦੇ ਬਾਅਦ ਹਰਿਆਣਾ ਆ ਜਾਂਦਾ ਹੈ ਹਰਿਆਣੇ ਵਾਲੇ ਚੱਕ ਚੱਕ ਕੇ ਅੱਗੇ ਕਰ ਦਿੰਦੇ ਨੇ ਫਿਰ ਉਸ ਦੇ ਬਾਅਦ ਦਿੱਲੀ ਆ ਜਾਂਦਾ ਹੈ ਦਿੱਲੀ ਵਾਲੇ ਤੇ ਗੱਲ ਪੈ ਜਾਂਦੀ ਕਿਉਂਕਿ ਦਿੱਲੀ ਨਾਲ ਨਹਿਰ ਲਾਸਟੇਸ ਹیدرਪੁਰ ਪਲਾਂਟ ਪਹੁੰਚਦੀ ਹੈ ਹਮ ਹਮ ਹیدرਪੁਰ ਪਲਾਂਟ ਹیدرਪੁਰ ਪਲਾਂਟ ਤੇ ਨਾ ਜਾਲ ਲੱਗਿਆ ਹੈ ਤੇ ਉੱਥੇ ਪੈਂਦਾ ਥਾਣਾ ਕੇਨ ਕਾਰਜੂ ਮਾਰਗ ਹਮ ਹਮ ਉਹਨਾਂ ਦੇ ਗਲ ਜਾ ਕੇ ਪੈਂਦੀ ਹੈ ਰਾਤ ਅੱਛਾ ਇੱਕ ਜੇ ਸਮੇਪੁਰ ਬਦਲੀ ਉਹਦਾ ਥਾਣਾ ਪੈਂਦਾ ਹੈ ਆਪਣਾ ਬਵਾਨਾ ਥਾਣਾ ਹਮ ਹਮ ਤੇ ਯਾ ਉਹਨਾਂ ਦੇ ਗਲ ਪੈਂ ਰਾਜਸਥਾਨ ਰਾਜਸਥਾਨ ਵਾਲੇ ਜਿਹੜਾ ਥਾਣਾ ਨੌਰ ਪੈਂਦਾ ਉਹਨਾਂ ਦੇ ਗੱਲ ਤੁਸੀਂ ਰਿਪੋਰਟ ਚੱਕ ਕੇ ਦੇਖੋ ਸਾਡੇ ਦੇ ਡੇਲੀ 2 3 2 3 ਡੈਡ ਬੋਡੀਆਂ ਪੋਚ ਰਹੀਆਂ ਹਰਿਆਣੇ ਦਾ ਸਿਰਸਾ ਹੈ ਜਿਹੜਾ ਸਿਰਸਾ ਚ 15 20 ਨਹਿਰਾ ਆਪਣੀ ਬਾਕੜੇ ਚ ਕੱਟ ਕੇ ਵੱਢਦੀਆਂ ਨੇ ਹਮ ਹਰ ਰੋਜ਼ ਇਹ ਸਿਰਸਾ ਇਚ ਕੋਈ ਦਿਨ ਖਾਲੀ ਨਹੀਂ ਜਾ ਰਿਹਾ ਕਿ ਆਪਣੇ ਪੰਜਾਬ ਦੀ ਇੱਕ ਡੈਡ ਬੋਡੀ ਉੱਥੇ ਨਾ ਜਾ ਰਹੀ ਹੋ ਹਮ ਹਮ ਡੇਲੀ ਦੇ 12 ਸੇ 13 ਬੰਦੇ ਸੁਸਾਈਡ ਕਰ ਰਹੇ ਨੇ ਕਿਵੇਂ ਮਾਰ ਰਹੇ ਨੇ ਕਿਵੇਂ ਜਾ ਰਹੇ ਨੇ ਡੇਲੀ ਆਪਾਂ ਹਰਿਆਣਾ ਪੰਜਾਬ ਦਿੱਲੀ ਰਾਜਸਥਾਨ ਵੇਖਦੇ ਆ ਤੇ ਡੈੱਡ ਬੋਡੀਆਂ ਟੂਰੀ ਜਾਂਦੇ ਹੁਣ ਵੀ ਮੈਂ ਵੇਖਿਆ ਕੱਲ ਵੀ 12 15 ਡੈੱਡ ਬੋਡੀਆਂ ਤੇ ਮੈਂ ਕੱਲ ਹੀ ਵੇਖਿਆ ਨੇ ਜੋ ਹੱਲੇ ਵੀ ਉੱਥੇ ਪਈਆਂ ਨੇ ਤੇ ਡੇਲੀ ਵੇਖਦਾ ਦਿਨ 4 5 10 ਕਿਸੇ ਅਧਿਕਾਰ ਨੂੰ ਵਾਅਦਾ ਕਰ ਗੱਲ ਕਹਿੰਦਾ ਤੂੰ ਕਿ ਤੁਸੀਂ ਆਪਣੇ ਆਪਣੇ ਕੰਮ ਤੋਂ ਮਤਲਬ ਰੱਖੋ ਹਮ ਹਮ ਸਾਡੇ ਗੱਲ ਨਾ ਪਾਓ 174 ਦੀ ਕਾਰਵਾਈ ਕਰਨੀ ਪੈਂਦੀ ਹੈ ਸਾਡਾ ਖਰਚਾ ਇੰਨਾ ਜਾਂਦਾ ਇੱਕ ਡੈੱਡ ਬੋਡੀ 4000 ਰੁਪਏ ਦਾ ਮਤਲਬ ਹਰ ਪੁਲਿਸ ਵਾਲੇ ਦੀ ਇਹੀ ਗੱਲ ਹੈ ਕਿ ਸਾਨੂੰ ਤੇ ਕਾਰਵਾਈ ਕਰਨੀ ਪੈਂਦੀ ਹੈ ਇੱਥੋਂ ਚੱਕ ਕੇ ਪੀਜੀਆ ਰੋਤਕ ਲੈ ਕੇ ਜਾਣੀ ਪੈਂਦੀ ਹੈ ਚੰਡੀਗੜ੍ਹ ਲੈ ਕੇ ਪਤਾ ਨਹੀਂ ਕਿ ਕਿ ਕਹਿੰਦੇ ਨੇ ਫਿਰ ਚੱਕਦੇ ਕੋਈ ਨਹੀਂ ਉਹਨੂੰ ਅੱਜ ਵੀ ਉਹ ਵਿਚਾਰੀ ਸੰਸਕਾਰ ਦੀ ਹੈ ਸੰਸਕਾਰ ਦੀ ਵਾਰ ਦੇ ਰਹੀ ਕੱਲ ਸਾਨੂੰ ਕੋਈ ਚੱਕੇਗਾ ਹਾੜ ਖਿੰਡੇ ਪਏ ਨੇ ਕੁੱਤੇ ਡੈਡ ਬੋਡੀਆਂ ਨੂੰ ਖਾ ਰਹੇ ਅੱਗੇ ਹੂੰ ਹੂੰ ਇਨਸਾਨ ਇਨਸਾਨ ਦੀ ਵੈਲਿਊ ਅੱਜ ਬਿਲਕੁਲ ਖਤਮ ਹੋ ਗਈ ਹੈ ਬਿਲਕੁਲ ਫਿਰ ਵੀ ਤੁਹਾਨੂੰ ਜੀ ਸਲਾਮ ਕਰਦੇ ਆ ਅਸੀਂ ਬਹੁਤ ਤੁਸੀਂ ਜਿਹੜਾ ਸਮਾਜ ਸੇਵਾ ਦਾ ਇੱਕ ਵੱਡਾ ਕੰਮ ਕਰ ਰਹੇ ਹੋ ਜਿਸ ਨੂੰ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਵੀ ਹੱਥ ਪਾਉਣ ਤੋਂ ਸੰਕੋਚ ਕਰਦੇ ਨੇ ਬਿਲਕੁਲ ਜੀ ਬਿਲਕੁਲ ਕੁਝ ਜਿਉਂਦੇ ਬੰਦੇ ਵੀ ਤੁਸੀਂ ਬਚਾਏ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਜਿੰਦੇ ਬੰਦੇ ਇੰਨੇ ਕੱਢਦੇ ਨੇ ਸਾਡੇ ਕੋਲ ਨਾ ਕੋਈ ਜਿਵੇਂ ਆਪਾਂ ਕਿਸੇ ਦਾ ਬੰਦਾ ਕੱਟਿਆ ਜਿਉਂਦਾ ਜਿਸੇ ਕੋਈ ਪੈਰ ਹਾਦਸਾ ਹੋ ਗਿਆ ਪੈਰ ਸਲਿਪ ਹੋ ਗਿਆ ਕੋਈ ਸੁਸਾਈਡ ਕਰ ਗਿਆ ਤੇ ਜਦ ਕੱਢਦੇ ਨੇ ਉਹ ਬੰਦੇ ਸਿੱਧੇ ਇੱਕ ਹੀ ਗੱਲ ਕਰਦੇ ਨੇ ਹੱਥ ਜੋੜ ਕੇ ਵੀਰ ਜੀ ਨਾ ਦੇ ਸਾਡਾ ਨੰਬਰ ਲਿਖਿਓ ਗੱਡੀ ਦਾ ਨਾ ਸਾਨੂੰ ਬਸ ਸਾਡਾ ਬੰਦਾ ਮਿਲ ਗਿਆ ਸੀ ਜਾ ਰਹੇ ਹਾਂ ਬਸ ਆਹੀ ਗੱਲ ਹੁੰਦੀ ਨਮੂ ਦੇ ਉਹ ਕਹਿੰਦੇ ਸਾਡੇ ਕੋਟੇ ਚ ਕੁਝ ਨਹੀਂ ਪਾਣਾ ਹੂੰ ਹੂੰ ਫਿਰ ਆਪਾਂ ਫਿਰ ਉਹਨੂੰ ਛੱਡਦੇ ਨੇ ਜਾ ਵੀ ਤੇਰਾ ਬੰਦਾ ਬਚ ਗਿਆ ਕਈ ਬੰਦੇ ਅਸੀਂ ਪੁਲਿਸ ਨੂੰ ਦਿੱਤੇ ਨੇ ਨਾਬਾ ਰੋਡ ਚ ਕੀ ਚਪਰਾ ਇਤਨੇ ਬੰਦੇ ਜਮਾ ਕਰਾ ਨਹੀਂ ਕੋਈ ਗਿਣਤੀ ਨਹੀਂ ਪਸੀਆਣਾ ਪੁਲ ਤੇ ਆਪਾਂ ਇਨੇ ਬੰਦੇ ਤਿੰਨ ਗੰਡਾ ਖੜੀ ਥਾਣੇ ਚ ਆਪਾਂ ਨੇ ਬੰਦੇ ਦਿੱਤੇ ਨੇ ਥਾਣਾ ਬਖਸੀ ਵਾਲੇ ਚ ਫਤੇ ਆਪਣੇ ਫਤੇਗੜ ਸਾਹਿਬ ਸਰੰਦ ਵਾਲੇ ਥਾਣੇ ਚ ਪਤਾ ਨਹੀਂ ਕਿੰਨੇ ਬੰਦੇ ਅਸੀਂ ਜਿੰਦੇ ਘੜ ਕੱਢ ਕੇ ਉਹਨਾਂ ਨੂੰ ਫੜਾਏ ਬਸ ਇਹ ਪਠਾਣਾ ਖੇੜੀ ਆਪਣਾ ਬਸੀ ਪਟਾਣੇ ਸਮਸ਼ੇਰ ਸਿੰਘ ਜੀ ਐਸ ਐਚਓ ਸਮਸ਼ੇਰ ਸਿੰਘ ਜੀ ਉਹਨਾਂ ਦੇ ਹੁੰਦੇ ਅਸੀਂ ਕਮ ਤੋਂ ਕਮ ਵੀ 30 40 ਬੰਦੇ ਉਹਨਾਂ ਨੂੰ ਜਿੰਦੇ ਕੱਢ ਕੇ ਦਿੱਤੇ ਨੇ ਆਪਾਂ ਨੇ ਸਮਸ਼ੇਰ ਸਿੰਘ ਐਸ ਐਚਓ ਨੇ ਉਹ ਚੰਡੀਗੜ੍ਹ ਉਹਨਾਂ ਦਾ ਟਰਾਂਸਫਰ ਹੋ ਗਿਆ ਉਹਨਾਂ ਨੂੰ 30 35 ਬੰਦੇ ਅਸੀਂ ਜਿੰਦੇ ਕੱਢ ਕੇ ਦਿੱਤੇ ਨੇ ਲੋ ਜੀ ਫੜੋ ਤੁਸੀਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਰ ਪਹਿਲਾਂ ਸਾਡੇ ਨਾਲ ਇੱਕ ਦਰਸ਼ਕ ਸਾਡੇ ਫੋਨ ਲਾਈਨ ਤੇ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਦੇਖਦੇ ਹਾਂ ਕੀ ਗੱਲ ਕਰਦੇ ਨੇ ਉਹ ਹੈਲੋ ਹੈਲੋ ਸਸੀਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਰ ਮੇਰਾ ਨਾਮ ਜਰਨੈਲ ਸਿੰਘ ਆ ਮੈਂ ਡੇਰਾ ਬੱਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਬੋਲਣ ਹਾਂ ਜੀ ਹਾਂਜੀ ਹੁਕਮ ਕਰੋ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਮੈਂ ਨਾਲ ਸਰ ਨੂੰ ਪੁੱਛਣਾ ਚਾਹੁੰਦਾ ਨੀ ਜੀ ਕਿਸੇ ਨੇ ਗੋਤਾ ਖੋਰੀ ਦਿੱਤੀ ਰਿੰਗ ਲੈਣੀ ਕੋਈ ਹਾਂਜੀ ਕਿੱਥੋਂ ਮਤਲਬ ਲੈਣੀ ਚਾਹੁੰਦਾ ਅੱਛਾ ਜੀ ਨੈਪ ਸਿੰਘ ਜੀ ਬਹੁਤ ਬਹੁਤ ਹੋਰ ਕੋਈ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਤੇ ਸਰ ਇੱਕ ਮੈਂ ਹੋਰ ਸਰ ਜਿਸ ਤਰ੍ਹਾਂ ਮਤਲਬ ਵੀ ਮੇਰਾ ਮੈਂ ਕਿ ਯਰ ਜਿਦਾਂ ਮੈਂ ਹੁੰਦੇ ਆ ਕਿਤੇ ਬੱਚਿਆਂ ਜੇ ਸਭੀ ਗੁੱਲ ਕੇ ਕਿਸੇ ਵੀ ਤੋਂ ਸਰ ਮੈਂ 1 ਮਿੰਟ ਤੇ 25 ਸਕਿੰਟ ਸਾਹ ਰੋ ਸਕਦਾ ਪਾਣੀ ਦੇ ਵਿੱਚ 1 ਮਿੰਟ ਤੇ 25 ਸਕਿੰਟ ਤੇ ਇਸ ਲਈ ਇਹ ਮੈਂ ਸਾਨੂੰ ਪੁੱਛਣਾ ਕਰਨਾ ਵੀ ਜੇ ਟ੍ਰੇਨਿੰਗ ਲੈਣੀ ਹੋਏ ਕਿਉਂਕਿ ਕਿੱਧਰ ਗੋਤੇ ਖੋਰ ਵੀ ਬਹੁਤ ਘਾਟ ਆ ਚਲੋ ਕਿਸੇ ਵੀ ਸੌਂਗ ਵੀ ਹੁੰਦਾ ਮੈਨੂੰ ਥੋੜਾ ਜਿਹਾ ਸੌਂਗ ਵੀ ਹੈਗਾ ਇਹ ਗੋਤੇ ਖੋਰੀ ਦਾ ਅੱਛਾ ਠੀਕ ਹੈ ਜੀ ਇਹ ਮੈਨੂੰ ਪਲੀ ਸਾਰੇ ਨਾਲ ਮਾਰਾ ਦੱਸ ਦਿਓ ਵੀ ਜੇ ਟ੍ਰੇਨਿੰਗ ਲੈਣੀ ਹੋਏ ਤਾਂ ਕਿੱਥੋਂ ਲੈ ਸਕਦਾ ਮੈਂ ਹਾਂਜੀ ਨਾਇਬ ਸਿੰਘ ਜੀ ਬਹੁਤ ਤੁਸੀਂ ਚੰਗੀ ਗੱਲ ਕੀਤੀ ਹੈ ਅ ਇੱਕ ਤੁਹਾਡੀ ਗੱਲ ਦਾ ਜਵਾਬ ਦੇਣਗੇ ਆਸ਼ੂ ਮਲਿਕ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਇੱਕ ਹੋਰ ਦਰਸ਼ਕ ਜੁੜੇ ਹੋਏ ਨੇ ਪਹਿਲਾਂ ਉਹਨਾਂ ਦੇ ਨਾਲ ਗੱਲ ਕਰ ਲਈਏ ਅਸੀਂ ਹੈਲੋ ਹੈਲੋ ਸਸਿਕਾਲ ਜੀ ਸ੍ਰੀ ਗੋਾਲ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਆਵਾਜ਼ ਘਟ ਆ ਰਹੀ ਹੈ ਤੁਹਾਡੇ ਹਰਜਿੰਦਰ ਗੋਟ ਹੈ ਜੀ ਕਰੋੜ ਸਾਹਿਬ ਤੋਂ ਹਾਂ ਜੀ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਗੱਲ ਇਹ ਆ ਵੀ ਜਿਹੜਾ ਇਹਨਾਂ ਦੇ ਮਹਿਤਾਨੇ ਨਾਲ ਮੇਨ ਗੱਲ ਆ ਜਿਹੜੀ ਕਰ ਰਹੇ ਨੇ ਵੀ ਸਾਨੂੰ ਕੁਝ ਵੀ ਨਹੀਂ ਮਿਲਦਾ ਜਿਹੜਾ ਵੀ ਕੋਈ ਕਿਸੇ ਦਾ ਸੰਬੰਧ ਪੰਜਾਬ ਪੁਲਿਸ ਦੇ ਨਾਲ ਪੈਂਦਾ ਸਿੱਧਾ ਸਾਡੀ ਪੰਜਾਬ ਦੀ ਪੁਲਿਸ ਨਾਲ ਉਹਨੂੰ ਕੁਝ ਵੀ ਨਹੀਂ ਮਿਲਦਾ ਪੰਜਾਬ ਪੁਲਿਸ ਦਾ ਐਕਸੀਡੈਂਟ ਦੇ ਵਿੱਚ ਮਰੇ ਬੰਦਿਆਂ ਦੀਆਂ ਲਾਸ਼ਾਂ ਵੀ ਇਹ ਦੇਚਦੇ ਨੇ ਉਹਨਾਂ ਦੇ ਵਾਰਸਾਂ ਨੂੰ ਕਿਉਂ ਨਹੀਂ ਲੈਂਦੇ ਪੈਸੇ ਜਿਹੜੇ ਇਹਨਾਂ ਨੇ ਜਿਉਂਦੇ ਬੰਦੇ ਕੱਢ ਕੇ ਦਿੱਤੇ ਹੋਣਗੇ ਪੰਜਾਬ ਪੁਲਿਸ ਨੂੰ ਹੋ ਰਿਆ ਨਹੀਂ ਉਹ ਸਾਡਾ ਵੀ ਉਹ ਬੰਦੇ ਜਿਹੜੇ ਨਾਲ ਉਨ ਦੇ ਵਾਸਤੇ ਅਧਿਕਰਕ ਦੇ ਬਿਨਾ ਪੈਸੇ ਲਿਆਂਦਾ ਤੋਂ ਪਹੁੰਚ ਕੇ ਹੋਣਗੇ ਪੰਜਾਬ ਪੁਲਿਸ ਕੋਲੋਂ ਤੇ ਦਿੱਤੇ ਹੋਣਗੇ ਪਰ ਕਹਿਣ ਦਾ ਮਤਲਬ ਇਹ ਆ ਕਿ ਜੇ ਜਿਹੜੀਆਂ ਨੇ ਸਿੱਧਾ ਮੱਥੇ ਨਾਲ ਪੰਜਾਬ ਪੁਲਿਸ ਨਾਲ ਹੀ ਪੈਂਦਾ ਕਿ ਉਹ ਬੜਿਆ ਬੰਦਾ ਜਿਹੜਾ ਕੱਢ ਕੇ ਪੰਜਾਬ ਪੁਲਿਸ ਨੂੰ ਦੇਣਾ ਤੇ ਚਾਉਂਦਾ ਵੀ ਤੇ ਉਹ ਜਿਹੜਾ ਪੈਸਿਆਂ ਦਾ ਜਿਹੜਾ ਲੈਣ ਦੇਣਾਂ ਨੂੰ ਵਿੱਚ ਵਿਚਾਲੇ ਗੈਰ ਕਾਨੂੰਨੀ ਤੰਖ ਨਾਲ ਜਿਹੜਾ ਉਹਨਾਂ ਦੀ ਘਰੇ ਰਹਿ ਜਾਂਦਾ ਤੇ ਉਹਨਾਂ ਦੀ ਕੋਈ ਕੁਛ ਨਹੀਂ ਪਹੁੰਚਦਾ ਜਿਹੜੇ ਕੈਮਰੇ ਲੱਗਣੇ ਚਾਹੀਦੇ ਨੇ ਜਾਂ ਰਿਕਾਰਡ ਰੱਖਣਾ ਚਾਹੀਦਾ ਜਾਂ ਜਿਹੜੀ ਮਤਲਬ ਕਿ ਕੋਈ ਵੀ ਕਾਰਵਾਈ ਹੁੰਦੀ ਨਾ ਉਹ ਛੋਟੀ ਜਿਹੀ ਹੋਣੀ ਚਾਹੀਦੀ ਹੈ ਵੀ ਜਿੰਦਾ ਸਾਰੀ ਦੁਨੀਆ ਵੇਖ ਸਕੇ ਵੀ ਇਹ ਜੋ ਬੰਦਾ ਜਿਹਨਾਂ ਚੋਣਾ ਕੱਢ ਕੇ ਦਿੱਤਾ ਸੀ ਉਹ ਕਿਵੇਂ ਪਹੁੰਚਿਆ ਉਹਨਾਂ ਦੇ ਘਰ ਵਾਲਿਆਂ ਦੀ ਕਰੋ ਉਹਨਾਂ ਦੇ ਘਰਾਂ ਨੂੰ ਪੁੱਛਣਾ ਚਾਹੀਦਾ ਹੈ ਤੁਹਾਡੇ ਕੋਲੋਂ ਪੰਜਾਬ ਪੁਲਿਸ ਨੇ ਕੀ ਲਿਹਾ ਕੀ ਕਾਰਵਾਈ ਕੀਤੀ ਕਿਸ ਤਰ੍ਹਾਂ ਤੁਹਾਨੂੰ ਸੌਂਕਿਆ ਇਹ ਜਿਹੜੇ ਵਿਚਵਚਾਲੇ ਇਹ ਜਿਹੜੇ ਨੇ ਉਸੇ ਹੀ ਰਹਿ ਜਾਂਦੇ ਨੇ ਜਿਹੜੇ ਨਿਹੰਤ ਕਰਨ ਵਾਲੇ ਬੰਦੇ ਨੇ ਤੇ ਜੇਪਾਂ ਜਿਹੜੀਆਂ ਉਹ ਪੰਜਾਬ ਪੁਲਿਸ ਇਤਿਹਾਸਾਂ ਦੀਆਂ ਹੀ ਭਾਰਤੀਆਂ ਨੇ ਬਹੁਤ ਬਹੁਤ ਮਿਹਰਬਾਨੀ ਹਰਜਿੰਦਰ ਜੀ ਤੁਹਾਡਾ ਵੀ ਕਾਫੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਪਤੇ ਦੀ ਗੱਲ ਕੀਤੀ ਹੈ ਜਿਹੜੀ ਗੱਲ ਤੇ ਅਸੀਂ ਅੱਜ ਜ਼ੋਰ ਦੇਣ ਲਈ ਆਸ਼ੂ ਮਲਿਕ ਨੂੰ ਬੁਲਾਇਆ ਉਹੀ ਗੱਲ ਤੁਸੀਂ ਕੀਤੀ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾਂ ਇੱਕ ਨਾਇਬ ਸਿੰਘ ਡੇਰਾ ਪਾਪਾ ਨਾਨਕ ਤੋਂ ਸਾਨੂੰ ਫੋਨ ਆਇਆ ਸੀ ਉਹ ਕਹਿੰਦੇ ਸੀ ਕਿ ਮੈਂ ਸਿਖਲਾਈ ਲੈਣਾ ਚਾਹੁੰਦਾ ਗੋਤਾ ਖੋਰੀ ਦੇ ਦੇਖੋ ਜੀ ਉਹ ਕਹਿੰਦੇ ਸੀ 1 ਮਿੰਟ 25 ਸੈਕਿੰਡ ਤੱਕ ਉਹ ਪਾਣੀ ਦੇ ਵਿੱਚ ਸਾਹ ਰੋਕ ਸਕਦੇ ਨੇ ਤੁਸੀਂ ਪਹਿਲਾਂ ਮੈਨੂੰ ਦੱਸੋ ਤੁਸੀਂ ਕਿੰਨਾ ਟਾਈਮ ਸਾਹ ਰੋਕਦੇ ਹੋ ਵਿੱਚ ਕਿੰਨੇ ਤੋਂ ਜਿਆਦਾ ਤੋਂ ਜਿਆਦਾ ਟਾਈਮ ਕਿੰਨਾ ਤੁਸੀਂ ਪਾਣੀ ਦੇ ਅੰਦਰ ਮੈਂ ਜਿਹੜਾ ਆਪਣੇ ਜਦ ਮੇਰੀ 20 ਸਾਲ ਦੀ ਉਮਰ ਹੋ ਗਈ ਸੀ ਹੁਣ ਮੇਰੀ 36 ਸਾਲ ਦੀ ਉਮਰ ਹੈ ਜਦ ਮੇਰੀ 20 ਸਾਲ ਦੀ ਉਮਰ ਗਈ ਮੈਂ 3 ਮਿੰਟ 6 ਸੈਕਿੰਡ ਸਾਹ ਰੋਕ ਲੈਂਦਾ ਸੀ ਆਪਣਾ 3 ਮਿੰਟ 6 ਸੈਕਿੰਡ ਉਸ ਚੀਜ਼ ਦਾ ਸਾਡੇ ਕੋਲ ਰਿਕਾਰਡ ਹੈਗਾ ਇੱਕ ਕੁੜੀ ਗਿਰ ਗਈ ਸੀ ਬਲਦਕਾਰ ਕਰਕੇ ਮਤਲਬ ਉਹਨੂੰ ਨਹਿਰ ਛੱਡ ਦਿੱਤਾ ਸੀ ਤੇ ਜਦ ਮੈਂ ਉਹਨੂੰ ਕੱਢਣ ਗਿਆ ਤੇ ਮੇਰੇ ਨਾ ਹੱਥ ਫਸ ਗਿਆ ਥ ਅੱਛਾ ਕੁੰਡੇ ਮੇਰੇ ਹੱਥੇ ਚ ਇੱਕ ਛੱਲਾ ਪੰਦਾ ਸੀ ਨਾ ਪਹਿਲੇ ਹੁਣ ਵੇਖ ਲਓ ਤੁਸੀਂ ਮੈਂ ਕੁਛ ਨਹੀਂ ਪੰਦਾ ਅੱਛਾ ਮੈਂ ਗਾਲੀ ਚ ਨਾ ਮੇਰੇ ਹੱਥੇ ਚ ਕੁਛ ਨਹੀਂ ਪੰਦਾ ਤੇ ਪਹਿਲੇ ਮੈਂ ਇੱਕ ਛੱਲਾ ਪੰਦਾ ਉਹ ਦਿਨ ਨਾ ਤਾਰ ਫਸ ਗਿਆ ਨਾ ਮੇਰੇ ਹੱਥ ਨਾ ਥੱਲੇ ਫਸ ਗਿਆ ਸੀ ਉਸ ਤਾਰ ਨੂੰ ਤੋੜਨ ਵਲੇ ਮੈਨੂੰ 3 ਮਿੰਟ 6 ਸੈਕਿੰਡ ਲੱਗੇ ਉੱਤੇ ਇੱਕ ਐਮਐਲਏ ਖੜਾ ਖੜਾ ਸੀ ਜਿਹੜਾ ਚੁਟਾਲਾ ਦੀ ਪਾਰਟੀ ਤੋਂ ਬਲੋਂਗ ਕਰਦਾ ਉਹਦਾ ਨਾਮ ਹੈਗਾ ਕਿਰਸ਼ਨ ਲਾਲ ਫੁਆਰ ਹੁਣ ਇਸਰਾਣੇ ਦੇ ਐਮਐਲਏ ਹੈਗੇ ਨੇ ਉਹ ਇਸਰਾਣੇ ਆਪਣਾ ਹਰਿਆਣੇ ਤੋਂ ਪਾਣੀ ਪੁੱਦੇ ਜਿਹੜੇ ਦਾ ਇਸਰਾਣੇ ਦੇ ਐਮਐਲਏ ਉਹਨਾਂ ਨੇ 3 ਮਿੰਟ 6 ਸ ਉਹਨੇ ਵੇਖਿਆ ਸੀ ਕਿ ਮੇਰਾ 3 ਮਿੰਟ 6 ਸਕਿੰਟ ਦਾ ਸਮਾਂ ਹੈ ਮੈਨੂੰ ਪਤਾ ਨਹੀਂ ਸੀ ਉਹਨੇ ਆ ਕੇ ਦਰ ਲੇਕਿਨ ਮੈਂ ਤਦ ਵੀ ਇਨੀ ਹਿੰਮਤ ਰੱਖ ਰਿਹਾ ਸੀ ਕਿ ਮੈਂ ਹੁਣ ਹੋਰ ਵੀ ਮੈਂ 1-2 ਮਿੰਟ ਹੋਰ ਖੇਡ ਸਕਦਾ ਹੂੰ ਹਮ 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 ਬਿਲਕੁਲ ਬਿਲਕੁਲ ਤੇ ਗੋਤਾਖੂਰੀ ਦੀ ਸਿਖਲਾਈ ਕਿੱਥੋਂ ਲਈ ਜਾ ਸਕਦੀ ਹੈ ਦੇਖੋ ਅਗਰ ਤੁਸੀਂ ਗੋਤਾਖੋਰੀ ਸਿੱਖਣੀ ਹੈ ਤਾਂ ਮੈਂ ਆਪਣਾ ਬਿਲਕੁਲ ਆਰਾਮ ਨਾਲ ਬਿਲਕੁਲ ਨੋਰਮਲ ਤਰੀਕੇ ਨਾਲ ਸਿੱਖ ਸਕਦੇ ਹੋ ਕਿੱਥੇ ਵੀ ਪਾਣੀ ਵੇਖੋ ਤੁਸੀਂ 5 ਜਾਂ 6 ਫੁੱਟ ਤੁਸੀਂ ਕੁਝ ਨਹੀਂ ਕਰਨਾ ਇੱਕ ਦੋ ਇੱਟੇ ਲੈ ਕੇ ਨਾ 3-3 ਕਿਲੋ ਚਰਚਰ ਕਿਲੋ ਦੋ ਇੱਟੇ ਲੈ ਕੇ ਨਾ ਉਹਨੂੰ ਫੜ ਕੇ ਬਿਲਕੁਲ ਇੰਜ ਬੈਠ ਜਾ ਤੁਸੀਂ ਪਾਣੀ 'ਚ ਨਾ ਹੋ ਬਿਲਕੁਲ ਇੱਕ ਤਾਂ ਤੁਹਾਡਾ ਸਾਹਸ ਵੱਡ ਜਾਏਗਾ ਇੱਟਾਂ ਨੂੰ ਲੈ ਕੇ ਥੱਲੇ ਬੈਹੋ ਬਿਲਕੁਲ ਤੁਸੀਂ ਬਿਲਕੁਲ ਦਿਮਾਗ ਤੇ ਇਹ ਨਿਗਾਲ ਦੋ ਕਿ ਅਸੀਂ ਪਾਣੀ ਪਾਣੀ 'ਚ ਆ ਜਾਂ ਕੋਈ ਵੀ ਇੱਕ ਅਈਓ ਜੀ ਚੀਜ਼ ਜਿੱਦੇ ਉੱਤੇ ਨਟ ਲੱਗੇ ਉਹ ਚਾਬੀ ਪਾਣਾ ਲੈ ਕੇ ਪਾਣੀ 'ਚ ਬੈ ਕੇ ਉਹਨੂੰ ਖੋਲੋ ਤੇ ਬੰਦ ਕਰੋ ਖੋਲੋ ਤੇ ਬੰਦ ਕਰੋ ਪੂਰਾ ਸਾਹਸ ਵੱਡ ਜਾਏਗਾ ਅੱਛਾ ਰਹੀ ਤੇ ਤੇਰਾਗ ਦੀ ਗੱਲ ਤੁਸੀਂ ਨਾ ਪਹਿਲੇ ਛੱਪੜੇ ਚ ਤੇਰੇ ਨਾਲ ਸਿੱਖਣਾ ਪਊਗਾ ਮਤਲਬ ਛੋਟੇ ਸੂ ਤੱਕ ਛੱਪੜੇ ਫਿਰ ਉਸ ਦੇ ਬਾਅਦ ਸੂਏ ਚ ਸੂਏ ਤੇ ਬਾਅਦ ਫਿਰ ਬੜੀ ਨਹਿਰ ਚ ਇੱਕ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਆਪਾਂ ਦੇਖਦੇ ਆ ਕੀ ਗੱਲ ਕਰਦੇ ਨੇ ਹੈਲੋ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਸਤਿ ਸ੍ਰੀ ਅਕਾਲ ਸਰਿੰਦਰ ਸਾਹਿਬ ਤੇ ਅੱਜ ਦੇ ਸਾਡੇ ਮਹਿਮਾਨ ਹਾਂ ਜੀ ਹਾਂ ਜੀ ਸਰਨਾ ਹਰਜਿੰਦਰ ਸਿੰਘ ਪਿੰਡ ਰਪਾਣਾ ਤੋਂ ਬੋਲਦਾ ਮੈਂ ਸਰਨਾ ਵੈਸੇ ਦੋ ਦਿਨ ਲਗਾਤਾਰ ਨਜ਼ਰੇ ਮੋਂਤਨ ਲਾਉਣਾਈ ਪਰ ਨਾ ਮੈਂ ਕੁਝ ਨਾ ਕੁਝ ਇਨਾਂ ਦੀ ਹਿੱਤ ਹੈ ਕਰ ਨਹੀਂ ਜਾਣਾ ਹਾਂ ਜੀ ਬਈ ਮੈਂ ਜਣਾ ਵੀ ਸਕਰੀਨ ਤੇ ਨੰਬਰ ਤੇ ਜੈ ਬੋਲ ਕੇ ਦਾ ਦੇਣਾ ਤੇ ਮੈਂ ਹਾਂ ਜੀ ਤੁਸੀਂ ਸਾਡੇ ਜਿਹੜੇ ਵੀ ਦਰਸ਼ਕ ਸਾਡਾ ਇਹ ਪ੍ਰੋਗਰਾਮ ਜਾਗੋ ਪੰਜਾਬ ਦੇਖ ਰਹੇ ਨੇ ਸ਼ੋਅ ਸਾਡਾ ਦੇਖ ਰਹੇ ਨੇ ਉਹ ਆਸ਼ੂ ਮਲਿਕ ਦਾ ਨੰਬਰ ਨੋਟ ਕਰ ਸਕਦੇ ਨੇ 97793 28378 97793 283789779328378 9779328378 ਆਸ਼ੂ ਮਲਿਕ ਦਾ ਨੰਬਰ ਹੈ ਜੇਕਰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਹਰਜਿੰਦਰ ਸਿੰਘ ਸਨ ਆਪਣੇ ਗੁਰੂ ਹਰਸਾਹੇ ਤੋਂ ਪਹਿਲਾਂ ਫੋਨ ਕਰਨ ਵਾਲੇ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਨਾਲ ਜਿਹਦਾ ਵਾਅਦਾ ਉੱਥੋਂ ਉਹਨੂੰ ਮਿਲਣਾ ਤਾਂ ਕਿ ਉੱਥੋਂ ਦੇਣਾ ਪੈਦਾ ਕਿਥੋਂ ਦਾ ਸਹੀ ਹੈ ਇਹ ਬਿਲਕੁਲ ਇਹ ਉਹਨਾਂ ਨੇ ਬਿਲਕੁਲ ਸੱਚੀ ਗੱਲ ਕਹੀ ਹੈ ਦੇਖੋ ਜੀ ਪੰਜਾਬ ਪੁਲਿਸ ਵਾਲੇ ਨੇ ਕੀ ਆਪਣਾ ਕੀ ਹੈ ਕਿ ਕੁਝ ਅਫਸਰ ਤੇ ਹੈਗੇ ਚੰਗੇ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ ਆਪਾਂ ਕੁਝ ਅਫਸਰ ਚੰਗੇ ਹੈਗੇ ਨੇ ਬਾਕੀ ਜਲ ਤਕਰੀਬਨ ਤਕਰੀਬਨ 90% ਪੰਜਾਬ ਪੁਲਿਸ ਕੁਝ ਨਹੀਂ ਮੈਂ ਇੱਕ ਵਾਰ ਨੰਬਰ ਫੇਰ ਦੱਸਦਾ 9779328378 28378 ਇਹਨਾਂ ਦਾ ਨੰਬਰ ਹੈ ਤੇ ਹਾਂ ਆਪਾਂ ਗੱਲ ਕਰ ਰਹੇ ਸੀ ਬਿਲਕੁਲ ਜੀ ਤੇ ਜੇ ਆਪਣਾ ਕੁਝ ਅਫਸਰ ਹੈਗੇ ਚੰਗੇ ਵਿਚਾਰੇ ਜੋ ਕੁਝ ਹਲਕੀ ਫੁਲਕੀ ਮਦਦ ਕਰ ਦਿੰਦੇ 1000 2000 ਅਭੀ ਫਤੇਗੜਾ ਸਾਹਿਬ ਵਿੱਚ ਇੱਕ ਉਹ ਆਇਤੇ ਡੀਸੀ ਹੂੰ ਹੂੰ ਉਹਨਾਂ ਦਾ ਨਾਂ ਤੇ ਥੋੜਾ ਦਿਮਾਗ ਤੋਂ ਨਿਕਲ ਗਿਆ ਹੁਣੀ ਹੁਣੀ ਆਏ ਸੀ ਉਹ ਡੀਸੀ ਜੀ ਮਹਾਜਨ ਅੱਛਾ ਯਸ਼ਵੀਰ ਮਹਾਜਨ ਨਾਸੀ ਉਹਨਾਂ ਦਾ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ ਕੈਮਰਾ ਦਿੱਤਾ ਸਾਨੂੰ ਕਿ ਤੁਸੀਂ ਇਹ ਕੰਮ ਕਰਦੇ ਹੋ ਇੱਕ 12-13000 ਦਾ ਉਹਨਾਂ ਨੇ ਸਾਨੂੰ ਸੋਨੀ ਕੰਪਨੀ ਦਾ ਕੈਮਰਾ ਲੈ ਕੇ ਦਿੱਤਾ ਤੇ 5000 ਨਗਦ ਆਪਣੇ ਵੱਲੋਂ ਉਹਨਾਂ ਨੇ ਦਿੱਤਾ ਸੀ ਪਰਸਨਲੀ ਤੌਰ ਤੇ ਨਾ ਕਿ ਸਰਕਾਰ ਦੇ ਖਾਤੇ ਤੋਂ ਉਹਨਾਂ ਨੇ ਸਾਡੀ ਮਦਦ ਕੀਤੀ ਔਰ ਥੋੜੀ ਹੁਣ ਹਰਦਿਆਲ ਸਿੰਘ ਜਿਹੜੇ ਪਟਿਆਲੇ ਦੇ ਐਸਐਸਪੀ ਹਨ ਹਰਦਿਆਲ ਸਿੰਘ ਮਾਨ ਜੀ ਹੁਣ ਉਹਨਾਂ ਨੇ ਸਾਨੂੰ ਅश्वਸਾਸ਼ਨ ਦਿੱਤਾ ਹੈ ਕਿ ਸ਼ਾਇਦ ਤੁਹਾਡੀ ਕੁਝ ਮੈਂ ਮਦਦ ਕਰਾਂਗਾ ਅਚਾਨਕ ਇੱਕ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਗੱਲ ਕਰਨੀ ਚਾਹੁੰਦੇ ਨੇ ਹੋਰ ਆਪਾਂ ਦੇਖ ਲਈਏ ਉਹ ਕੀ ਗੱਲ ਕਰਦੇ ਆ ਹੈਲੋ ਹੈਲੋ ਮੈਂ ਲੋਕ ਦਾ ਇੰਤਜ਼ਾਰ ਨਹੀਂ ਕਰ ਸਕਿਓ ਅ ਤੁਹਾਡੇ ਕੋਲ ਜਿੰਨਾ ਹੁਣ ਤੱਕ ਤੁਸੀਂ ਕੰਮ ਕੀਤਾ ਜਾਂ ਜਿੰਨੀਆਂ ਲਾਸ਼ਾਂ ਦੇ ਬਾਰੇ ਤੁਸੀਂ ਕੋਈ ਰਿਕਾਰਡ ਬਣਾ ਕੇ ਰੱਖਿਆ ਆਪਣੇ ਬਿਲਕੁਲ ਜੀ ਸਾਡੇ ਕੋਲ ਹਰ ਚੀਜ਼ ਦਾ ਰਿਕਾਰਡ ਹੈ ਅਸੀਂ ਨਾ ਆਪਣਾ ਸਾਰਾ ਰਿਕਾਰਡ ਜੇ ਨਾ ਜਿੰਨੀ ਫੋਟੋਆਂ ਖਿੱਚਦੇ ਆ ਜਿੰਦੇ ਪਰਿਵਾਰ ਦੇ ਸਾਰੀ ਆਪਣੇ ਲੈਪਟਾਪ ਵਿੱਚ ਉਹਨਾਂ ਦੀ ਫੋਟੋਆਂ ਪਾ ਦਿੰਨੇ ਆ ਆਪਾਂ ਇੰਨੇ ਪੜੇ ਲਿਖੇ ਤਾਂ ਹੈ ਨਹੀਂ ਇਹ ਤੇ ਆਪਣਾ ਕਾਪੀ ਵਿੱਚ ਜਾਂ ਡਾਇਰੀ ਵਿੱਚ ਨੋਟ ਕਰ ਲਿਆ ਜਿੰਨੇ ਵੀ ਤਕਰੀਬਨ ਸਾਡੇ ਕੋਲ ਹੁਣ 12 15 ਗੋਤਾ ਹੋਰ ਹੈਗੇ ਨੇ ਤੇ ਸਾਰੇ ਵਿਚਾਰਿਆਂ ਨੂੰ ਪੜੀ ਨਹੀਂ ਇੱਕ ਤੁਸੀਂ ਉਹਨਾਂ ਦੀਆਂ ਫੋਟੋਆਂ ਖਿੱਚਦੇ ਹੋ ਲਾਸ਼ਾਂ ਦੀਆਂ ਬਿਲਕੁਲ ਜੀ ਲਾਸ਼ਾਂ ਦੀ ਫੋਟੋਆਂ ਜਿਨ੍ਹਾਂ ਤੇ ਪਰਿਵਾਰ ਉਹਨਾਂ ਨੂੰ ਪਛਾਣ ਨਹੀਂ ਸਕਦੇ ਜਿਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਉਹ ਤੁਹਾਡੇ ਨਾਲ ਸੰਪਰਕ ਕਰਕੇ ਉਹ ਪਛਾਣ ਸਕਦੇ ਸਾਡੀ ਨਾ ਇੱਕ ਵੈਬਸਾਈਟ ਹੈਗੀ ਹੈ ਅਸੀਂ ਨਾ ਜਿੰਨੀ ਵੀ ਫੋਟੋਆਂ ਸਾਰੇ ਦਿਨ ਖਿੱਚਦੇ ਆ ਨਾ ਸਾਰੀ ਆਪਣੀ ਉਸ ਵੈਬਸਾਈਟ ਤੇ ਫੋਟੋ ਮਤਲਬ ਸਾਰੀ ਲੋਡ ਕਰ ਦਿੰਦੇ ਆ ਹਾਂ ਜੀ ਹਾਂ ਜੀ ਹਾਂ ਹਾਂ ਅਬ ਕੁਛ ਵਿਚਾਰੇ ਸਾਡੀ ਆਪਣੀ ਸਾਡੀ ਵੈਬਸਾਈਟ ਦੇ ਵੇਖ ਕੇ ਸਾਨੂੰ ਫੋਨ ਕਰਦੇ ਨੇ ਯਾਰ ਡੈਡ ਬੋਡੀ ਸਾਡੀ ਕਿੱਥੇ ਮਿਲੇਗੀ ਅਸੀਂ ਉਹਨਾਂ ਨੂੰ ਦੱਸ ਦਿੰਦੇ ਆਂ ਅਗਰ ਕੋਈ ਦੁਖੀ ਪਰਿਵਾਰ ਹੋਵੇ ਜਿੰਨੂੰ ਸਾਲਾਂ ਤੇ 2 ਸਾਲਾਂ ਤੋਂ ਡੈਡ ਬੋਡੀਆਂ ਨਹੀਂ ਮਿਲ ਰਹੀਆਂ ਅਸੀਂ ਉਹਨਾਂ ਨੂੰ ਦੱਸ ਦਿਆਂਗੇ ਤੁਹਾਡੀ ਡੈਡ ਬੋਡੀ ਕਿੰਨੇ ਔਰ ਕਿੱਥੇ ਸੰਸਕਾਰ ਕੀਤੀ ਐ ਸਾਨੂੰ ਸਾਰੇ ਪੁਆਇੰਟ ਪਤਾ ਨੇ ਇਸ ਨਹਿਰ ਦੀ 586 ਨਹਿਰਾ ਬਣਦੀਆਂ ਨੇ ਬਾਕੜਾ ਦੀ 586 ਨਹਿਰਾ ਬਣਦੀਆਂ ਨੇ ਜੋ ਖਨੋਰੀਵਾਲ ਜਾਂ ਜਾਂਦੀ ਹੈ ਤੇ ਇੱਥੇ ਆਪਣਾ ਸੁਨ ਡੈਟ ਤੋਂ ਦੋ ਨਹਿਰੇ ਬਣ ਜਾਂਦੀਆਂ ਇੱਕ ਦਿੱਲੀ ਵਾਲੇ ਪਾਸੇ ਨਿਕਲ ਜਾਂਦੀ ਹੈ ਜਿਹੜੀ ਦਿੱਲੀ ਵਾਲੇ ਪਾਸੇ ਨਹਿਰ ਨਿਕਲ ਜਾਂਦੇ ਨਾਲ ਦੋ ਨਹਿਰਾ ਹੋਰ ਜੁੜ ਜਾਂਦੀ ਨੇ ਇੱਕ ਤਾਜੇ ਵਾਲੀ ਇੱਕ ਪੁੰਟਾ ਸਾਹ ਵਾਲੀ ਕਰਨਾਲ ਜਾ ਕੇ ਇਹ ਫਿਰ ਅੱਗੇ ਜਾ ਕੇ ਫਿਰ ਵੱਡੀਆਂ-ਵੱਡੀਆਂ ਬਣ ਕੇ ਨਾ ਅਲੱਗ-ਅਲੱਗ ਥਾਵਾਂ ਤੇ ਚਲੀ ਜਾਂਦੀ ਆਸ਼ੂ ਸਾਡੇ ਨਾਲ ਹੋਰ ਦਰਸ਼ਕ ਜੁੜੇ ਹੋਏ ਨੇ ਸਾਡੇ ਗੱਲ ਕਰਨੀ ਚਾਹੁੰਦੇ ਨੇ ਆਪਾਂ ਗੱਲ ਕਰ ਲਈਏ ਉਹਨਾਂ ਦੇ ਨਾਲ ਹੈਲੋ 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 ਸਸਿਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ ਚੰਡੀਗੜ੍ਹ ਤੋਂ ਹਾਂਜੀ ਗੁਰਪ੍ਰੀਤ ਸਿੰਘ ਜੀ ਹੁਕਮ ਕਰੋ ਜੀ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਆਸ਼ੂ ਜੀ ਨੇ ਹੁਣੇ ਇੱਕ ਗੱਲ ਕੀਤੀ ਸੀਗੀ ਬਈ ਜਿਹੜਾ ਸਵਿਮਿੰਗ ਸਿੱਖਣ ਵਾਸਤੇ ਹਾਂਜੀ ਤੇ ਉਹਦੇ ਮੁਤਲਕ ਹੀ ਇੱਕ ਪੁੱਛਣਾ ਸੀਗਾ ਬਈ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਆ ਵੀ ਸੂਏ ਜਾਂ ਨਾਇਰਾਂ ਚ ਆਪਾਂ ਸਵਿਮਿੰਗ ਸਿੱਖਸਾ ਦੇਆ ਹਾਂਜੀ ਜੀ ਇਹੋ ਸਵਿਮਿੰਗ ਆਪਾਂ ਸਵਿਮਿੰਗ ਪੂਲ ਚ ਸਿੱਖੀਏ ਤੇ ਉਹ ਦੈਟ ਵਿਲ ਬੀ ਬੈਟਰ ਔਰ ਕਿ ਉਹ ਨਾਲੋਂ ਕੁਝ ਫਰਕ ਪਏਗਾ ਜਿਵੇਂ ਸਵਿਮਿੰਗ ਦਾ ਜੇ ਮਤਲਬ ਮੇਨ ਸੀਗਾ ਬਿਲਕੁਲ ਹਾਂਜੀ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜੇ ਸਾਡੇ ਨਾਲ ਗੱਲ ਕੀਤੀ ਇਹ ਪੁੱਛ ਰਹੇ ਨੇ ਕਿ সুইমিং ਪੂਲ ਚ ਆਪਾਂ সুইমিং ਸਿੱਖ ਸਕਦੇ ਹਾਂ ਗੋਤਾਖੋਰੀ ਦੇਖੋ ਜੀ ਗੁਰਪ੍ਰੀਤ ਜੀ ਪਹਿਲੀ ਗੱਲ ਤੇ ਹੈ সুইਮਿੰਗ ਪੂਲ ਇਚ ਨਾ ਕੈਮੀਕਲ ਪੈਂਦਾ ਹੈ ਜਿਹੜਾ ਸਕਿਨ ਨੂੰ ਮਤਲਬ ਪ੍ਰੋਟੈਕਟ ਕਰਦਾ ਹੈ ਤੁਹਾਡੀ ਜਿਹੜੀ ਸਕਿਨ ਹੈ ਨਾ ਉਹਨੂੰ ਮਤਲਬ ਥੋੜਾ ਠੀਕ ਰੱਖਣ ਵਾਸਤੇ ਕੈਮੀਕਲ ਪਾਉਂਦੇ ਨੇ ਉਸ ਕੈਮੀਕਲ ਪਾਣ ਦੇ ਵੇਰੇ ਉਹਦੇ ਨਾਲ ਥੋੜਾ ਆਕਸੀਜਨ ਘਟ ਜਾਂਦਾ ਤੁਸੀਂ ਅਗਰ ਦੇਸੀ ਪਾਣੀ ਚ ਟਰਾਈ ਕਰੋਗੇ ਤਾਂ ਜ਼ਿਆਦਾ ਬੈਟਰ ਹੋਗੇ ਔਰ ਜਲਦੀ ਸਿੱਖ ਜਾਓਗੇ スイमिंग पूल ਦਾ ਨ ਇੱਕ ਡਾਇਰਾ ਹੁੰਦਾ ਹੈ ਤੁਸੀਂ ਉਹਦੇ ਵਿੱਚ ਕੰਮ ਕਰੋਗੇ ਜਾਂ ਗੋਤਾ ਮਾਰੋਗੇ ਨਾ ਤੁਹਾਨੂੰ ਇੱਕ ਟਾਇਲ ਵਿਖੇਗੀ ਇੱਕ ਚਮਕ ਦਿਖੇਗੀ ਪਾਣੀ ਦੀ ਜੇ ਤੁਹਾਨੂੰ ਪਾਣੀ ਦੀ ਚਮਕ ਦਿਖੇਗੀ ਨਾ ਤਾਂ ਫਿਰ ਤੁਸੀਂ ਆਪਣਾ ਸਾਹ ਨਹੀਂ ਰੋਕ ਸਕਦੇ ਜਿਆਦਾ ਟਾਈਮ ਤੱਕ ਹਮ 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 ਆਪਾਂ ਆਪਣੇ ਨਾਲ ਇੱਕ ਹੋਰ ਕਾਲਰ ਜੁੜੇ ਹੋਏ ਨੇ ਸਮਾਂ ਬਹੁਤ ਘੱਟ ਹੈ ਜਲਦੀ ਜਲਦੀ ਆਪਾਂ ਦੇਖਦੇ ਹਾਂ ਉਹ ਕੀ ਗੱਲ ਕਰਦੇ ਆ ਹੈਲੋ ਹੈਲੋ ਲੱਗਦਾ ਇੰਤਜ਼ਾਰ ਨਹੀਂ ਕਰ ਸਕੇ ਰਿਕਾਰਡ ਤੁਹਾਡੇ ਕੋਲ ਸਾਰਾ ਹੈਗਾ ਤੁਹਾਡੇ ਕੋਲ ਸੰਪਰਕ ਕਰਕੇ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਨੇ ਜਿਨ੍ਹਾਂ ਦੇ ਮਤਲਬ ਪਰਿਵਾਰਕ ਮੈਂਬਰ ਗਾਇਬ ਨੇ ਗੁਮੇ ਹੋਏ ਨੇ ਉਹਨਾਂ ਨੂੰ ਲੱਭ ਨਹੀਂ ਰਹੇ ਹੈਗੇ ਤਾਂ ਮੁੱਖੀ ਗੱਲ ਇਹ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਸੁਸਾਈਡ ਪੁਆਇੰਟ ਹੈਗੇ ਨੇ ਬਣੇ ਹੋਏ ਉੱਥੇ ਸੀਸੀਟੀਵੀ ਕੈਮਰੇ ਲੱਗਣ ਬਿਲਕੁਲ ਜਿੱਥੇ ਜਿੱਥੇ ਸੁਸਾਈਡ ਪੁਆਇੰਟ ਬਣੇ ਨੇ ਉੱਥੇ ਉੱਥੇ ਸੀਸੀਟੀਵੀ ਕੈਮਰੇ ਲੱਗਣ ਤੇ ਤਾਂ ਕਿ ਸਰਕਾਰ ਦੀ ਵੀ ਹੈਲਪ ਤਾਂ ਕਿ ਇਹ ਨਾ ਪੁਲਿਸ ਦੀ ਵੀ ਹੈਲਪ ਹੋਏਗੀ ਕਿ ਪੁਲਿਸ ਨੂੰ ਵੀ ਪਤਾ ਲੱਗੇ ਕਾਰਨ ਕੀ ਹੋਇਆ ਕਿਉਂਕਿ ਪੁਲਿਸ ਨੇ ਬਾਅਦ ਜਿਤਨਾ ਆਪਣਾ ਕਾਰਵਾਈਆਂ ਕਰਦੀ ਰਹਿੰਦੀ ਹੈ ਕਿ ਇਹ ਹੋ ਗਿਆ ਪਤਾ ਨਹੀਂ ਕਿਵੇਂ ਜੜੀ ਗਿਆ ਹੋਆ ਕਿਵੇਂ ਨਹੀਂ ਤੇ ਸੀਸੀਟੀਵੀ ਕੈਮਰਾ ਲੱਗਣ ਨਾਲ ਪੁਲਿਸ ਨੂੰ ਬੜਾ ਫਾਇਦਾ ਹੋ ਜਾਏਗਾ ਕਿ ਵੀ ਔਰ ਵੀ ਆਥੇ ਇੱਕ ਉਹ ਪਰਿਵਾਰ ਹੁੰਦਾ ਕਿ ਸਵੇਰੇ ਕਹਿ ਕੇ ਨਿਕਲਾ ਜੀ ਮੈਂ ਆਪਣੇ ਕੰਮ ਤੇ ਚੱਲਿਆ ਕੋਈ ਕਾਰਨ ਐ ਜੋ ਹੋ ਗਿਆ ਜੀਟੀ ਰੋਡ ਜਾਮ ਹੋ ਗਿਆ ਉਹਨੇ ਨਹਿਰ ਦੀ ਪੜੀ ਚ ਆਪਣੇ ਗੱਡੀ ਪਾ ਲਈਏ ਥੋੜਾ ਜਲਦੀ ਨਿਕਲ ਜਾਗਾ ਕੋਈ ਕਾਰਨ ਹੈ ਕਿ ਕਿਸੇ ਬੰਦੇ ਨੇ ਉਹਨੂੰ ਵੇਖਿਆ ਨਹੀਂ ਕਿ ਨਹਿਰ ਦੇ ਮੋਟਰਸਾਈਕਲ ਸਲਿੱਪ ਹੋ ਗਿਆ ਗੱਡੀ ਕਾਰ ਸਲਿੱਪ ਹੋ ਗਿਆ ਨਹਿਰ ਦੇ ਜਾ ਕੇ ਕਿਸੇ ਨੂੰ ਨਹੀਂ ਪਤਾ ਲੱਗਿਆ ਉਹ ਕੀ ਹੋਇਆ ਕੀ ਨਹੀਂ ਹੋਇਆ ਉਹ ਨਹਿਰ ਚ ਹੀ ਰਹਿ ਗਿਆ ਵਿਚਾਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੂੰ ਗੋਤਾਖੋਰਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ ਉਹਨਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਨਾਲ ਇਹ ਜਿਹੜੀ ਫਾਇਦਾ ਹੋ ਸਕੇ ਮੇਰੀ ਇਸ ਪੰਜਾਬ ਸਰਕਾਰ ਨਾਲ ਵੀ ਜਿਹੜੀ ਜਿਹੜੀ ਸੰਸਥਾ ਇੱਥੇ ਪੰਜਾਬ ਵਿੱਚ ਬਣੀਆਂ ਨੇ ਹੋਰ ਥਾਵਾਂ ਤੇ ਸੇਵਾ ਕਰ ਰਹੀਆਂ ਨੇ ਮੈਰੀ ਹੱਥ ਜੋੜ ਕੇ ਉਹਨਾਂ ਨਾਲ ਰਿਕੁਐਸਟ ਹੈ ਕਿ ਤੁਸੀਂ ਨਾ ਇੱਕ ਵਾਰ ਆ ਕੇ ਨੈਰ ਤੇ ਵੇਖੋ ਕਿਵੇਂ ਡੈੱਡ ਬੋਡੀਆਂ ਪੜੀ ਪੜੀ ਸੰਸਕਾਰ ਦਾ ਇੰਤਜ਼ਾਰ ਕਰ ਰਹੀਆਂ ਨੇ ਤੁਸੀਂ ਉਹਨਾਂ ਵਿੱਚ ਵੀ ਥੋੜਾ ਆਪਣਾ ਯੋਗਦਾਨ ਕਰੋ ਉਹਨਾਂ ਨੂੰ ਚੱਕਵਾਓ ਉਹਨਾਂ ਦਾ ਮਤਲਬ ਸੰਸਕਾਰ ਕਰਾਓ ਤਾਂ ਕਿ ਉਹਨਾਂ ਉਹਨਾਂ ਦੀ ਗਤੀ ਹੋ ਜਾਏ ਗਤੀ ਹੋਵੇ ਹਾਂ ਦੇਖੋ ਹਰ ਧਰਮਾਈ ਚ ਜੇ ਸਿੱਖ ਹੋ ਗਿਆ ਉਹ ਦਾ ਮੁਸਲਮਾਨ ਹੋ ਗਿਆ ਇਸਾਈ ਹੋ ਗਿਆ Hindu ਧਰਮ ਹੋ ਗਿਆ ਗਤੀ ਤੇ ਤਦੀ ਹੋਏਗੀ ਜਦ ਉਹਨੂੰ ਆਪਾਂ ਕੜ ਕੇ ਉਹਦੀ ਮਿੱਟੀ ਆਪਣੇ ਠਿਕਾਣੇ ਲਾ ਦਾਂਗੇ ਸੋ ਅਸ਼ੂ ਤੁਹਾਡਾ ਬਹੁਤ ਬਹੁਤ ਧੰਨਵਾਦ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ख यूट्यूब फॉलो करो ट्विटर से खबर जुड़े रहो दिन रात